ਹਾਂਜੀ ਇਹਨੂੰ ਸ਼ੱਕ ਦੇ ਆਧਾਰ ਤੇ ਘੇਰ ਕੇ ਇਹਨਾਂ ਨੂੰ ਕਾਬੂ ਕਰਕੇ ਫਿਰ ਕੋਸ਼ਿਸ਼ ਕੀਤੀ ਤੇ ਇਹਨਾਂ ਦੱਸਿਆ ਇਹ ਹਰਿਆਣੇ ਦੇ ਆ ਹਰਿਆਣਾ ਤੋਂ ਆਏ ਆ ਤੇ ਪੁੱਛਿਆ ਕਿਹੜੇ ਕੰਮ ਆਏ ਹੋ ਸਹੀ ਜਵਾਬ ਨਹੀਂ ਦਿੱਤੀ ਤੇ ਤਲਾਸ਼ੀ ਲਈ ਇਹਨਾਂ ਦੀ ਡੱਬੇ ਦੇ ਚੋਂ ਕਸ਼ਮੀਰ ਦੇ ਡੱਬੇ ਦੇ ਵਿੱਚੋਂ ਇੱਕ ਨਾ 12 ਬੋਰ ਦਾ ਪਿਸਤੌਲ ਜੇ ਸੀ ਕੱਟਿਆ ਬਰਾਮਦ ਹੋਇਆ ਇਹ ਨਾ ਅਸੀਂ ਨਕਲ ਆਇਆ ਸੀ ਬੋਦੀ ਦੀ ਕੋਈ ਇਹ ਬੋਦੀ ਫਿਰ ਦੋਨੋਂ ਸਾਈਡ ਤੇ ਆ ਰਹੀ ਸੀ ਕਿ ਸਾਨੂੰ ਸ਼ੱਕ ਜਿਹਾ ਪਿਆ ਕਿ ਬੰਦੇ ਬਾਹਰ ਦੇ ਨੇ ਹਾਂਜੀ ਇਹਨੂੰ ਸ਼ੱਕ ਦੇ ਆਧਾਰ ਤੇ ਘੇਰ ਕੇ ਇਹਨਾਂ ਨੂੰ ਕਾਬੂ ਕਰਕੇ ਤੇ ਕੋਸ਼ਿਸ਼ ਕੀਤੀ ਤੇ ਇਹਨਾਂ ਦੱਸਿਆ ਇਹ ਹਰਿਆਣੇ ਦੇ ਆ ਹਰਿਆਣਾ ਤੋਂ ਆਏ ਆ ਤੇ ਪੁੱਛਿਆ ਕਿਹੜੇ ਕੰਮ ਆਏ ਹੋ ਕੋਈ ਸਹੀ ਜਵਾਬ ਨਹੀਂ ਦਿੱਤੀ ਤੇ ਤਲਾਸ਼ੀ ਲਈ ਇਹਨਾਂ ਦੀ ਡੱਬੇ ਦੇ ਚੋਂ ਕਸ਼ਮੀਰ ਦੇ ਡੱਬੇ ਦੇ ਵਿੱਚੋਂ ਇੱਕ ਨਾ 12 ਬੋਰ ਦਾ ਪਿਸਤੌਲ ਜੇ ਸੀ ਕੱਟਿਆ ਬਰਾਮਦ ਹੋਇਆ ਕੀ ਨਾਮ ਹੋ ਇੱਕ ਦਾ ਨਾ ਕਸ਼ਮੀਰ ਆ ਦੂਜੇ ਦਾ ਗਰਮੇਲ ਆ ਜਿਨ੍ਹਾਂ ਨੇ ਦੱਸਿਆ ਵੀ ਇਹ ਸਾਂਝੇ ਤੌਰ ਤੇ ਕੇਸ ਕੀਤਾ ਵਾ ਉਹ ਕਿੱਥੋਂ ਦੇ ਨਾਮ ਦੋਨੋਂ ਹਰਿਆਣਾ ਦੇ ਹਰਿਆਣੇ ਦੇ ਜੀ ਰਾਣੀਆ ਜ਼ਿਲ੍ਹਾ ਹਰਿਆਣਾ ਸਿਰਸਾ ਦੇ ਹੁਣ ਤੱਕ ਦੀ ਜਾਣ ਚ ਕੋਈ ਇਹਨਾਂ ਮੰਨਿਆ ਵਾਰਦਾਤ ਕੀਤੀ ਹੈ ਕੀ ਕਰਨਾ ਹੈ ਨਹੀਂ ਹੁਣ ਤੱਕ ਵਾਰਦਾਤ ਦੀ ਕਹਿੰਦੇ ਵੀ ਸਾਡੇ ਉਧਰ ਹੀ ਕੋਈ ਲੜਾਈ ਝਗੜਾ ਚੱਲਦਾ ਸੀ ਜੀ ਉਧਰੋਂ ਇੱਧਰ ਐਸ ਪਾਸੇ ਆਪਣੇ ਗਾਂ ਜਾ ਰਹੇ ਸੀ ਤੇ ਰਸਤੇ ਜੇ ਤੁਹਾਡੇ ਕੰਮ ਕਰਦੇ ਆਤੇ ਪੈਦਲ ਹੀ ਜਾ ਰਹੇ ਪੈਦਲ ਹੀ ਉੱਤਰ ਕੇ ਬਾਈਪਾਸ ਤੋਂ ਸਾਈਡ ਤੋਂ ਕੀ ਕਰ ਰਹੇ ਹੋ ਅਰ 175 ਦਾ 25 ਚਰੰਜਾ ਨਾਲ ਆਈਪੀ ਆਰ ਜੀ ਐਸ ਦਾ ਇਹ ਗੈਂਗ ਨਾਲ ਸੰਬੰਧ ਰੱਖਦੇ ਇਹਦੇ ਬਾਰੇ ਕੁਝ ਨਹੀਂ ਆਇਆ ਜੀ ਜਿਹੜੇ ਮਤਲਬ ਦੱਸਿਆ ਨਾ ਵੀ ਜਿਹੜੇ ਆਪਾਂ ਪਿਸਤੌਲ ਖਰੀਦਾ ਉਹਦੀ ਦੋ ਸੀਡੀਓ ਦੀ ਮੌਤ ਹੋ ਚੁੱਕੀ ਹੈ ਬਾਕੀ ਜੋ ਵੀ ਇਹਨਾਂ ਦਾ ਹਰਿਆਣੇ ਦੇ ਵਿੱਚ ਹੀ ਸਿਸਟਮ ਹੈ ਇਹ ਗਾਂ ਜਾ ਰਹੇ ਸੀ ਲੈ ਕੇ ਇਹ ਨਾ ਅਸੀਂ ਨਕਲ ਆਇਆ ਸੀ ਬੋਦੀ ਦੀ ਕੋਈ ਇਹ ਬੋਦੀ ਫਿਰ ਦੋਨੋਂ ਸਾਈਡ ਤੇ ਆ ਰਹੀ ਸੀ ਕਿ ਸਾਨੂੰ ਸ਼ੱਕ ਜਿਹਾ ਪਿਆ ਕਿ ਬੰਦੇ ਬਾਹਰ ਦੇ ਨੇ ਹਾਂਜੀ ਇਹਨੂੰ ਸ਼ੱਕ ਦੇ ਆਧਾਰ ਤੇ ਘੇਰ ਕੇ ਇਹਨਾਂ ਨੂੰ ਕਾਬੂ ਕਰਕੇ ਫਿਰ ਕੋਸ਼ਿਸ਼ ਕੀਤੀ ਤੇ ਇਹਨਾਂ ਦੱਸਿਆ ਇਹ ਹਰਿਆਣੇ ਦੇ ਆ ਹਰਿਆਣਾ ਤੋਂ ਆਏ ਆ ਤੇ ਪੁੱਛਿਆ ਕਿਹੜੇ ਕੰਮ ਆਏ ਹੋ ਸਹੀ ਜਵਾਬ ਨਹੀਂ ਦਿੱਤੀ ਤੇ ਤਲਾਸ਼ੀ ਲਈ ਇਹਨਾਂ ਦੀ ਡੱਬੇ ਦੇ ਚੋਂ ਕਸ਼ਮੀਰ ਦੇ ਡੱਬੇ ਦੇ ਵਿੱਚੋਂ ਇੱਕ ਨਾ 12 ਬੋਰ ਦਾ ਪਿਸਤੌਲ ਜੇ ਸੀ ਕੱਟਿਆ ਬਰਾਮਦ ਹੋਇਆ ਇਹ ਨਾ ਅਸੀਂ ਨਕਲ ਆਇਆ ਸੀ ਬੋਦੀ ਦੀ ਕੋਈ ਇਹ ਬੋਦੀ ਫਿਰ ਦੋਨੋਂ ਸਾਈਡ ਤੇ ਆ ਰਹੀ ਸੀ ਕਿ ਸਾਨੂੰ ਸ਼ੱਕ ਜਿਹਾ ਪਿਆ ਕਿ ਬੰਦੇ ਬਾਹਰ ਦੇ ਨੇ ਹਾਂਜੀ ਇਹਨੂੰ ਸ਼ੱਕ ਦੇ ਆਧਾਰ ਤੇ ਘੇਰ ਕੇ ਇਹਨਾਂ ਨੂੰ ਕਾਬੂ ਕਰਕੇ ਤੇ ਕੋਸ਼ਿਸ਼ ਕੀਤੀ ਤੇ ਇਹਨਾਂ ਦੱਸਿਆ ਇਹ ਹਰਿਆਣੇ ਦੇ ਆ ਹਰਿਆਣਾ ਤੋਂ ਆਏ ਆ ਤੇ ਪੁੱਛਿਆ ਕਿਹੜੇ ਕੰਮ ਆਏ ਹੋ ਕੋਈ ਸਹੀ ਜਵਾਬ ਨਹੀਂ ਦਿੱਤੀ ਤੇ ਤਲਾਸ਼ੀ ਲਈ ਇਹਨਾਂ ਦੀ ਡੱਬੇ ਦੇ ਚੋਂ ਕਸ਼ਮੀਰ ਦੇ ਡੱਬੇ ਦੇ ਵਿੱਚੋਂ ਇੱਕ ਨਾ 12 ਬੋਰ ਦਾ ਪਿਸਤੌਲ ਜੇ ਸੀ ਕੱਟਿਆ ਬਰਾਮਦ ਹੋਇਆ ਕੀ ਨਾਮ ਹੋ ਇੱਕ ਦਾ ਨਾ ਕਸ਼ਮੀਰ ਆ ਦੂਜੇ ਦਾ ਗਰਮੇਲ ਆ ਜਿਨ੍ਹਾਂ ਨੇ ਦੱਸਿਆ ਵੀ ਇਹ ਸਾਂਝੇ ਤੌਰ ਤੇ ਕੇਸ ਕੀਤਾ ਵਾ ਉਹ ਕਿੱਥੋਂ ਦੇ ਨਾਮ ਦੋਨੋਂ ਹਰਿਆਣਾ ਦੇ ਹਰਿਆਣੇ ਦੇ ਜੀ ਰਾਣੀਆ ਜ਼ਿਲ੍ਹਾ ਹਰਿਆਣਾ ਸਿਰਸਾ ਦੇ ਹੁਣ ਤੱਕ ਦੀ ਜਾਣ ਚ ਕੋਈ ਇਹਨਾਂ ਮੰਨਿਆ ਵਾਰਦਾਤ ਕੀਤੀ ਹੈ ਕੀ ਕਰਨਾ ਹੈ ਨਹੀਂ ਹੁਣ ਤੱਕ ਵਾਰਦਾਤ ਇਹ ਕਹਿੰਦੇ ਵੀ ਸਾਡੇ ਉਧਰ ਹੀ ਕੋਈ ਲੜਾਈ ਝਗੜਾ ਚੱਲਦਾ ਸੀ ਜੀ ਉਧਰੋਂ ਇੱਧਰ ਐਸ ਪਾਸੇ ਆਪਣੇ ਗਾਂ ਜਾ ਰਹੇ ਸੀ ਤੇ ਰਸਤੇ ਜੇ ਤੁਹਾਡੇ ਕੰਮ ਕਰਦੇ ਆਤੇ ਪੈਦਲ ਹੀ ਜਾ ਰਹੇ ਪੈਦਲ ਹੀ ਉੱਤਰ ਕੇ ਬਾਈਪਾਸ ਤੋਂ ਸਾਈਡ ਤੋਂ ਕੀ ਕਰ ਰਹੇ ਹੋ ਅਰ 175 ਦਾ 25 ਚਰੰਜਾ ਨਾਲ ਆਈਪੀ ਆਰ ਜੀ ਐਸ ਦਾ ਇਹ ਗੈਂਗ ਨਾਲ ਸੰਬੰਧ ਰੱਖਦੇ ਇਹਦੇ ਬਾਰੇ ਕੁਝ ਨਹੀਂ ਆਇਆ ਜੀ ਜਿਹੜੇ ਮਤਲਬ ਦੱਸਿਆ ਨਾ ਵੀ ਜਿਹੜੇ ਆਪਾਂ ਪਿਸਤੌਲ ਖਰੀਦਾ ਉਹਦੀ ਦੋ ਸੀਡੀਓ ਦੀ ਮੌਤ ਹੋ ਚੁੱਕੀ ਹੈ ਬਾਕੀ ਜੋ ਵੀ ਇਹਨਾਂ ਦਾ ਹਰਿਆਣੇ ਦੇ ਵਿੱਚ ਹੀ ਸਿਸਟਮ ਹੈ ਇਹ ਗਾਂ ਜਾ ਰਹੇ ਸੀ ਲੈ ਕੇ ਇਹ ਨਾ ਅਸੀਂ ਨਕਲ ਆਇਆ ਸੀ ਬੋਦੀ ਦੀ ਕੋਈ ਇਹ ਬੋਦੀ ਫਿਰ ਦੋਨੋਂ ਸਾਈਡ ਤੇ ਆ ਰਹੀ ਸੀ ਕਿ ਸਾਨੂੰ ਸ਼ੱਕ ਜਿਹਾ ਪਿਆ ਕਿ ਬੰਦੇ ਬਾਹਰ ਦੇ ਨੇ ਹਾਂਜੀ ਇਹਨੂੰ ਸ਼ੱਕ ਦੇ ਆਧਾਰ ਤੇ ਘੇਰ ਕੇ ਇਹਨਾਂ ਨੂੰ ਕਾਬੂ ਕਰਕੇ ਫਿਰ ਕੋਸ਼ਿਸ਼ ਕੀਤੀ ਤੇ ਇਹਨਾਂ ਦੱਸਿਆ ਇਹ ਹਰਿਆਣੇ ਦੇ ਆ ਹਰਿਆਣਾ ਤੋਂ ਆਏ ਆ ਤੇ ਪੁੱਛਿਆ ਕਿਹੜੇ ਕੰਮ ਆਏ ਹੋ ਕੋਈ ਸਹੀ ਜਵਾਬ ਨਹੀਂ ਦਿੱਤੀ ਤੇ ਤਲਾਸ਼ੀ ਲਈ ਇਹਨਾਂ ਦੀ ਡੱਬੇ ਦੇ ਚੋਂ ਕਸ਼ਮੀਰ ਦੇ ਡੱਬੇ ਦੇ ਵਿੱਚੋਂ ਇੱਕ ਨਾ 12 ਬੋਰ ਦਾ ਪਿਸਤੌਲ ਜੇ ਸੀ ਕੱਟਿਆ ਬਰਾਮਦ ਹੋਇਆ ਇਹ ਨਾ ਅਸੀਂ ਨਕਲ ਆਇਆ ਸੀ ਬੋਦੀ ਦੀ ਕੋਈ ਇਹ ਬੋਦੀ ਫਿਰ ਦੋਨੋਂ ਸਾਈਡ ਤੇ ਆ ਰਹੀ ਸੀ ਕਿ ਸਾਨੂੰ ਸ਼ੱਕ ਜਿਹਾ ਪਿਆ ਕਿ ਬੰਦੇ ਬਾਹਰ ਦੇ ਨੇ ਹਾਂਜੀ ਇਹਨੂੰ ਸ਼ੱਕ ਦੇ ਆਧਾਰ ਤੇ ਘੇਰ ਕੇ ਇਹਨਾਂ ਨੂੰ ਕਾਬੂ ਕਰਕੇ ਤੇ ਕੋਸ਼ਿਸ਼ ਕੀਤੀ ਤੇ ਇਹਨਾਂ ਦੱਸਿਆ ਇਹ ਹਰਿਆਣੇ ਦੇ ਆ ਹਰਿਆਣਾ ਤੋਂ ਆਏ ਆ ਤੇ ਪੁੱਛਿਆ ਕਿਹੜੇ ਕੰਮ ਆਏ ਹੋ ਕੋਈ ਸਹੀ ਜਵਾਬ ਨਹੀਂ ਦਿੱਤੀ ਤੇ ਤਲਾਸ਼ੀ ਲਈ ਇਹਨਾਂ ਦੀ ਡੱਬੇ ਦੇ ਚੋਂ ਕਸ਼ਮੀਰ ਦੇ ਡੱਬੇ ਦੇ ਵਿੱਚੋਂ ਇੱਕ ਨਾ 12 ਬੋਰ ਦਾ ਪਿਸਤੌਲ ਜੇ ਸੀ ਕੱਟਿਆ ਬਰਾਮਦ ਹੋਇਆ ਕੀ ਨਾਮ ਹੋ ਇੱਕ ਦਾ ਨਾ ਕਸ਼ਮੀਰ ਆ ਦੂਜੇ ਦਾ ਗਰਮੇਲ ਆ ਜਿਨ੍ਹਾਂ ਨੇ ਦੱਸਿਆ ਵੀ ਇਹ ਸਾਂਝੇ ਤੌਰ ਤੇ ਕੇਸ ਕੀਤਾ ਵਾ ਉਹ ਕਿੱਥੋਂ ਦੇ ਨਾਮ ਦੋਨੋਂ ਹਰਿਆਣਾ ਦੇ ਹਰਿਆਣੇ ਦੇ ਜੀ ਰਾਣੀਆ ਜ਼ਿਲ੍ਹਾ ਹਰਿਆਣਾ ਸਿਰਸਾ ਦੇ ਹੁਣ ਤੱਕ ਦੀ ਜਾਣ ਚ ਕੋਈ ਇਹਨਾਂ ਮੰਨਿਆ ਵਾਰਦਾਤ ਕੀਤੀ ਹੈ ਕੀ ਕਰਨਾ ਹੈ ਨਹੀਂ ਹੁਣ ਤੱਕ ਵਾਰਦਾਤ ਇਹ ਕਹਿੰਦੇ ਵੀ ਸਾਡੇ ਉਧਰ ਹੀ ਕੋਈ ਲੜਾਈ ਝਗੜਾ ਚੱਲਦਾ ਸੀ ਜੀ ਉਧਰੋਂ ਇੱਧਰ ਐਸ ਪਾਸੇ ਆਪਣੇ ਗਾਂ ਜਾ ਰਹੇ ਸੀ ਤੇ ਰਸਤੇ ਜੇ ਤੁਹਾਡੇ ਕੰਮ ਕਰਦੇ ਆਤੇ ਪੈਦਲ ਹੀ ਜਾ ਰਹੇ ਪੈਦਲ ਹੀ ਉੱਤਰ ਕੇ ਬਾਈਪਾਸ ਤੋਂ ਸਾਈਡ ਤੋਂ ਕੀ ਕਰ ਰਹੇ ਹੋ ਅਰ 175 ਦਾ 25 ਚਰੰਜਾ ਨਾਲ ਆਈਪੀ ਆਰ ਜੀ ਐਸ ਦਾ ਇਹ ਗੈਂਗ ਨਾਲ ਸੰਬੰਧ ਰੱਖਦੇ ਇਹਦੇ ਬਾਰੇ ਕੁਝ ਨਹੀਂ ਆਇਆ ਜੀ ਜਿਹੜੇ ਮਤਲਬ ਦੱਸਿਆ ਨਾ ਵੀ ਜਿਹੜੇ ਆਪਾਂ ਪਿਸਤੌਲ ਖਰੀਦਾ ਉਹਦੀ ਦੋ ਸੀਡੀਓ ਦੀ ਮੌਤ ਹੋ ਚੁੱਕੀ ਹੈ ਬਾਕੀ ਜੋ ਵੀ ਇਹਨਾਂ ਦਾ ਹਰਿਆਣੇ ਦੇ ਵਿੱਚ ਹੀ ਸਿਸਟਮ ਹੈ ਇਹ ਗਾਂ ਜਾ ਰਹੇ ਸੀ ਲੈ ਕੇ ਇਹ ਨਾ ਅਸੀਂ ਨਕਲ ਆਇਆ ਸੀ ਬੋਦੀ ਦੀ ਕੋਈ
ਇਹ ਬੋਦੀ ਫਿਰ ਦੋਨੋਂ ਸਾਈਡ ਤੇ ਆ ਰਹੀ ਸੀ ਕਿ ਸਾਨੂੰ ਸ਼ੱਕ ਜਿਹਾ ਪਿਆ ਕਿ ਬੰਦੇ ਬਾਹਰ ਸੀ ਨੇ ਹਾਂਜੀ ਇਹਨੂੰ ਸ਼ੱਕ ਦੇ ਆਧਾਰ ਤੇ ਘੇਰ ਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਕੋਸ਼ਿਸ਼ ਕੀਤੀ ਤੇ ਇਹਨਾਂ ਦੱਸਿਆ ਇਹ ਹਰਿਆਣੇ ਦੇ ਆ ਹਰਿਆਣਾ ਤੋਂ ਆਏ ਆ ਤੇ ਇਹ ਪੁੱਛਿਆ ਕਿਹੜੇ ਕੰਮ ਆਏ ਹੋ ਤੇ ਸਹੀ ਜਵਾਬ ਨਹੀਂ ਦਿੱਤੀ ਤੇ ਤਲਾਸ਼ੀ ਲਈ ਇਹਨਾਂ ਦੀ ਡੱਬੇ ਦੇ ਵਿੱਚੋਂ ਕਸ਼ਮੀਰ ਦੇ ਡੱਬੇ ਦੇ ਵਿੱਚੋਂ ਇੱਕ ਨਾ ਬੜਾ ਜ਼ੋਰ ਦਾ ਪਿਸਤੌਲ ਜੇ ਸੀ ਕੱਟਿਆ ਬਰਾਮਦ ਹੋਇਆ ਇਹ ਨਾ ਅਸੀਂ ਨਕਲ ਲਾਇਆ ਸੀ ਬੋਦੀ ਦੀ ਕੋਈ ਇਹ ਬੋਦੀ ਫਿਰ ਦੋਨੋਂ ਸਾਈਡ ਤੇ ਆ ਰਹੀ ਸੀ ਕਿ ਸਾਨੂੰ ਸ਼ੱਕ ਜਿਹਾ ਪਿਆ ਕਿ ਬੰਦੇ ਬਾਹਰ ਸੀ ਨੇ ਹਾਂਜੀ ਇਹਨੂੰ ਸ਼ੱਕ ਦੇ ਆਧਾਰ ਤੇ ਘੇਰ ਕੇ ਇਹਨਾਂ ਨੂੰ ਕਾਬੂ ਕਰਕੇ ਤੇ ਕੋਸ਼ਿਸ਼ ਕੀਤੀ ਤੇ ਇਹਨਾਂ ਦੱਸਿਆ ਇਹ ਹਰਿਆਣੇ ਦੇ ਆ ਹਰਿਆਣਾ ਤੋਂ ਆਏ ਆ ਤੇ ਪੁੱਛਿਆ ਕਿਹੜੇ ਕੰਮ ਆਏ ਹੋ ਕੁਛ ਸਹੀ ਜਵਾਬ ਨਹੀਂ ਦਿੱਤੀ ਤੇ ਤਲਾਸ਼ੀ ਲਈ ਇਹਨਾਂ ਦੀ ਡੱਬੇ ਦੇ ਵਿੱਚੋਂ ਕਸ਼ਮੀਰ ਦੇ ਡੱਬੇ ਦੇ ਵਿੱਚੋਂ ਇੱਕ ਨਾ ਬੜਾ ਜ਼ੋਰ ਦਾ ਪਿਸਤੌਲ ਜੇ ਸੀ ਕੱਟਿਆ ਬਰਾਮਦ ਹੋਇਆ ਕੀ ਨਾਮ ਹੋਣ ਇੱਕ ਦਾ ਨਾ ਕਸ਼ਮੀਰ ਆ ਦੂਜੇ ਦਾ ਗਰਮੇਲ ਆ ਜਿਨ੍ਹਾਂ ਨੇ ਦੱਸਿਆ ਵੀ ਇਹ ਸਾਂਝੇ ਤੌਰ ਤੇ ਕਲੀਕ ਕੀਤਾ ਵਾ ਜਿਹੜੇ ਦੱਸਿਆ ਨਾ ਵੀ ਜਿਹੜੇ ਆਪਾਂ ਪਿਸਤੌਲ ਖਰੀਦਾ ਉਹਦੀ ਦੋ ਸੀ ਉਹਦੀ ਮੌਤ ਹੋ ਚੁੱਕੀ ਹੈ ਬਾਕੀ ਜੋ ਵੀ ਇਹਨਾਂ ਦਾ ਹਰਿਆਣੇ ਦੇ ਵਿੱਚ ਸਿਸਟਮ ਹੈ ਇਹ ਗਾਂਹ ਜਾ ਰਹੇ ਸੀ ਲੈ ਕੇ